राजस्थान को जाने वाले पानी की वैल्यू चाहिए। हमारा पानी राजस्थान को दे दिया और कहते थे एक साल में उस पानी का कॉस्ट क्या होगा आपको डिसाइड करके मिले। 70 साल से आज तक डिसीजन नहीं हुए। दीपा जी जब मंत्री जी उदो कितने सी रॉयल्टी ਉਹ ਤਾਂ ਕਦੇ ਬੋਲੇ ਨੀ। ਉਦੋਂ ਮੰਤਰੀ ਸੀ ਉਦੋਂ ਨੀ ਕੋਈ ਪਾਣੀ ਪੂਣੀ ਦਾ ਚੱਕਰ। ਜਿਵੇਂ ਕਹੋਗੇ ਉਵੇਂ, ਜਿਵੇਂ ਕਹੋਗੇ ਉਵੇਂ, ਬਸ ਜੀ ਬਸ ਨਿਬੜ ਗਿਆ ਗੱਲ, ਨਿਬੜ ਗਈ ਗੱਲ, ਨਿਬੜ ਗਈ ਬਾਤ ਪੈਂਦਾ ਇਹਦੇ ਨਾਲ। ਮੈਨੂੰ ਤਾਂ 17.5 ਸਾਲ ਦੀ ਉਮਰ 'ਚ ਭਗਵੰਤ ਮਾਨ ਬਣਾਤਾ ਸੀ ਤੁਸੀਂ, ਉਦੋਂ ਬਾਅਦ ਤਾਂ ਚੜ੍ਹਾਈ ਮੇਰੀ ਹੋ ਨਹੀਂ ਸਕਦੀ ਜਿੰਨੀ ਚੜ੍ਹਾਈ ਤੁਸੀਂ ਮੇਰੀ ਕਰਤੀ ਪਹਿਲਾਂ ਹੀ। ਪਰ ਮੈਨੂੰ ਦੁੱਖ ਇਸ ਗੱਲ ਦਾ ਇੱਥੇ ਬਣਿਆ ਕਿਉਂ ਨਹੀਂ ਪਹਿਲਾਂ, ਤੇ ਆਪਾਂ ਵੋਟਾਂ ਅੰਨੇ ਹੋ ਕੇ ਕਿਉਂ ਪਾਈ ਗਏ ਫਿਰ? ਹੁਣ ਫੇਰ ਆਉਣਗੇ ਤੁਹਾਡੇ ਕੋਲੇ, ਹਰੇਕ ਵੋਟਾਂ ਬਾਰੇ ਆਉਂਦੇ ਆ, ਸਾਨੂੰ ਬਚਾਓ ਜੀ। ਕਿਉਂ ਜੀ, ਤੁਹਾਨੂੰ ਕਿਉਂ ਬਚਾਈਏ? ਅਕਾਲੀ ਦਲ ਬਚਾ ਲਓ ਕਹਿੰਦੇ, ਲੈ ਦੱਸ ਕਿਉਂ ਬਚਾ ਲਈਏ ਵੀ? ਅਕਾਲੀ ਦਲ ਠੇਕਾ ਲਿਆ ਸੀ ਅਕਾਲੀ ਦਲ ਬਚਾਉਣ ਦਾ? ਨੋ 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 ਨੋ, ਨਹੀਂ ਤਾਂ ਫਿਰ ਹੋਰ ਆ ਜਾਣਗੇ ਫਿਰ ਇੱਥੇ। ਅਕਾਲੀ ਦਲ ਬਚਾ ਲਓ, ਲੈ ਹੋਰ ਕੌਣ ਆ ਜਾਣਗੇ? ਭਗਵੰਤ ਮਾਨ ਹੋਰ ਹੀ ਆ ਜਾਣਗੇ ਨਾ, ਮਹਿੰਦਰ ਮੱਠ ਦਾ ਮੁੰਡਾ ਆ ਜੂਗਾ। ਆਹੀ ਤਾਂ ਦੁੱਖ ਹੈ ਹੁਣ, ਆ ਕੱਲ੍ਹ ਬੋਲੀ ਜਾਂਦੀ ਸੀ ਪਾਰਲੀਮੈਂਟ 'ਚ, ਰਾਜਸਥਾਨ ਕੋ ਜਾਣੇ ਵਾਲੇ ਪਾਣੀ ਕੀ ਰੋਇਲਟੀ ਚਾਹੀਏ। ਅਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰੋਇਲਟੀ? ਉਹ ਤਾਂ ਕਦੇ ਬੋਲੇ ਨਹੀਂ। ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ। ਹੁਣ ਭਗਵੰਤ ਮਾਨ ਆ ਗਿਆ, ਹੁਣ ਸਾਰੀਆਂ ਗੱਲਾਂ ਵਾਸਤੇ ਭਗਵੰਤ ਮਾਨ ਦੋਸ਼ੀ ਹੈ। ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਨੇ ਪਾਰਲੀਮੈਂਟ 'ਚ। ਮੈਨੂੰ ਬੜਾ ਵਧੀਆ ਲੱਗਿਆ, ਮੈਂ ਕਿਹਾ ਚਲੋ ਸ਼ੁਕਰ ਹੈ, ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ, ਨਹੀਂ ਤਾਂ ਪਾਣੀ ਕਿੱਥੇ ਯਾਦ ਹੀ ਗਾਈ ਗੱਲ ਨਹੀਂ ਬਾਤ ਨਹੀਂ ਯਾਰ। ਲੋਕਾਂ ਨੂੰ ਬੁੱਧੂ ਬਣਾ ਕੇ ਮਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ, ਅੱਜ ਮੋਦੀ ਕਹਿ ਦੇ ਕਿ ਮੇਰੇ ਕੋਲ ਬੰਦੇ ਘੱਟ ਨੇ, ਮੈਨੂੰ 1 ਸੀਟ ਚਾਹੀਦੀ ਹੈ, ਅਕਾਲੀ ਦਲ ਕੇ ਪਾਸ ਵੋ ਸੀਟ ਹੈ। ਕਿਆ ਹਰਸਿਮਰਤ ਜੀ ਆਪ NDA ਕੀ ਸਪੋਰਟ ਕਰੇਂਗੇ? ਮੈਂ ਕਿਹਾ ਜੀ ਚੱਪਲਾਂ ਨਹੀਂ ਪਾਉਣੀਆਂ ਨੇ। ਮੈਂ ਕਿਹਾ ਜੀ ਬਾਬਾ ਜਿਵੇਂ ਕਹੋਗੇ ਉਵੇਂ, ਜਿਵੇਂ ਕਹੋਗੇ ਉਵੇਂ, ਬਸ ਜੀ ਬਸ ਨਿਬੜ ਗਿਆ ਗੱਲ, ਨਿਬੜ ਗਈ ਗੱਲ, ਨਿਬੜ ਗਈ ਬਸ। ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬੁਰਮਾ ਦਾ ਕੋਈ ਖਾਲੀ ਹੋ ਜਾਏ ਨਾ ਕੋਈ ਸੀਟ, ਵੀ ਉੱਥੇ ਬਣਾਉਂਦੇ ਆ ਮੰਤਰੀ, ਉੱਥੇ ਚਲੇ ਜਾਣਗੇ। ਇਹ ਇੰਨੇ ਭੁੱਖੇ ਨੇ ਕੁਰਸੀ ਦੇ, ਪਾ ਲਿਆ ਬਾਦਲ ਪਿੰਡ 'ਚ ਘਰ ਪਾ ਲਿਆ, ਤਿਹਾੜ ਜੇਲ੍ਹ ਤੋਂ ਉੱਚੀਆਂ ਕੰਧਾਂ ਨੇ, ਕਾਹਦਾ ਖਤਰਾ ਬਈ? ਖਤਰਾ ਕਾਹਦਾ? 25 ਸਾਲ ਰਹੇ ਹੋ ਮੁੱਖ ਮੰਤਰੀ, ਲੋਕ ਤਾਂ ਪਿਆਰ ਹੀ ਇੰਨਾ ਕਰਦੇ ਹੋਣਗੇ, ਖਤਰਾ ਕਾਹਦਾ ਉੱਥੇ? ਉਹ ਲਾ ਲਿਆ ਐਡੇ ਐਡੇ ਦਰਵਾਜ਼ੇ ਚਿੰਲੇ ਵੀ ਅੰਦਰ ਨਾ ਕੋਈ ਵੜ ਜੇ, ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ 'ਤੇ ਬਹਿ ਜੇ, ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ, ਤਿਲਕ ਜਾਂਦਾ ਨਾ, ਇਟਲੀ ਤੋਂ ਲਿਆਉਂਦਾ ਮਾਰਬਲ, ਕਿੱਥੋਂ ਆਇਆ ਮਾਰਬਲ ਇਹ? ਆਪਣਾ 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 ਖੂਨ ਆ ਉਹ, ਮਾਰਬਲ ਨਹੀਂ ਹੈਗਾ, ਆਪਣਾ ਖੂਨ ਹੈ। ਇੱਕ ਚੰਡੀਗੜ੍ਹ ਪਾਈ ਬੈਠੇ ਆ ਸੁੱਖ ਵਿਲਾਸ, ਉਦੋਂ ਤਾਂ ਮੈਂ ਕਰ ਲਿਆ, ਕੱਢ ਲਏ ਕਾਗਜ਼ ਉਹ ਤਾਂ ਮੈਂ,
ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖੁਸ਼ਖਬਰੀ ਦਊਂਗਾ ਮੈਂ। ਕਮਾਲ ਹੈ, ਹੱਦ ਹੈ, ਨਾਲ ਲੈ ਜਾਓਗੇ, ਧਰਮ ਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ। ਕਿਉਂ ਲੁੱਟੀ ਜਾਂਦੇ ਹੋ ਗਰੀਬਾਂ ਨੂੰ? ਉਹੀ ਦੋ ਢਾਈ ਰੋਟੀਆਂ ਖਾਣੀਆਂ ਨੇ, ਉਹੀ 5-6 ਫੁੱਟ ਦਾ ਮੰਜਾ, ਉਹੀ ਕੂਲਰ, ਉਹੀ ਏਸੀ ਹੈ, ਇਹਦੇ ਬਾਅਦ ਹੋਰ ਕਰ ਕੀ ਲਓਗੇ ਤੁਸੀਂ ਫਿਰ? ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ? ਦੁੱਖ ਇਸ ਗੱਲ ਦਾ, ਨਹੀਂ ਤਾਂ ਖਾਈ ਜਾਂਦੇ ਹਾਂ, ਧਰਤੀ ਨੂੰ ਵੀ ਖਾਈ ਜਾਂਦੇ ਹਾਂ, ਹਵਾ ਨੂੰ ਵੀ ਖਾਈ ਜਾਂਦੇ ਹਾਂ, ਪਾਣੀ ਨੂੰ ਵੀ ਖਾਈ ਜਾਂਦੇ। ਸੋ ਤਾਂ ਕਰਕੇ ਮੈਂ ਤੁਹਾਡੇ ਕੋਲ ਹਾਂ। ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ, ਪਰ ਦੁੱਖ ਇਸ ਗੱਲ ਦਾ, ਇਦੋਂ ਪਹਿਲਾਂ ਵਾਲੇ ਜਿਹੜੇ ਰਾਜਨੀਤਿਕ ਬੰਦੇ ਸੀ ਉਹਨਾਂ ਨੇ ਕੀਤਾ ਕਿਉਂ ਨਹੀਂ? ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਹੈ। ਸੋਚ ਸਕਦੇ ਹੋ? ਸੋਚ ਸਕਦੇ ਹੋ? ਅਸੀਂ ਵੋਟਾਂ ਪਾਈ ਗਏ ਪੰਥ ਨੂੰ, ਪੰਥ ਨੂੰ, ਫਲਾਨੇ ਨੂੰ, ਧਿਮਕੇ ਨੂੰ, ਪੰਜੇ ਨੂੰ, ਬਸ ਸਾਡਾ ਤਾਂ ਪੰਜਾ ਜੀ, ਸਾਡਾ ਤਾਂ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਹੈ। 1947 'ਚ ਆਜ਼ਾਦੀ ਮਿਲੀ ਸੀ, ਉਹਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਹੈ। ਸੋਚਿਆ ਹੀ ਨਹੀਂ ਕੁਛ, ਸਾਰੇ ਟੱਬਰ ਨੂੰ ਕਹਿ ਦਿਓ ਪੰਥ ਨੂੰ ਪਾਓ ਜੀ, ਨਾਲ ਲੈ ਗਿਆ ਪੰਥ ਫਿਰ ਉਹ ਜਿਹਨੂੰ ਪਾਈ ਗਏ। ਪੰਥ ਤਾਂ ਉੱਥੇ ਖੜਾ, ਪੰਥ ਦੇ ਝੰਡੇ ਤਾਂ ਝੂਲਦੇ ਰਹਿਣਗੇ, ਉਹਦੇ ਨਾਂ ਨੂੰ ਵਰਤ ਨਾਲ ਤਾਂ ਤੁਰ ਗਏ। ਸੋ ਵੀਰੋ, ਦਿਲ ਨੂੰ ਦੁੱਖ ਇਸ ਵੇਲੇ ਹੁੰਦਾ ਕਿ ਇਦੋਂ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ?